पता नहीं कादा कादा जिगाड़ लगता हूं। जे नहाना ना हो तो वाइप्स ना मुंह साफ कर लो, जे लीड ना हो कपड़े। हाँ जी, सत श्रीकाल गाइस, सारे नो गुड मॉर्निंग, वेलकम टू आर न्यू ब्लॉग लवली मम्मा सोन। आप आए हुए हैं मासी के घर, तो अज है कि जागो का फंक्शन। तो ब्लॉग असं दो दिन लेट अपलोड कर रहे हैं क्योंकि टाइम नहीं लग रहा ब्लॉग अपलोड कर। मैं हूँ जा रही नीचे, निम्मल वर्गे मम्मी वर्गे सब सुते पे है, रात आप 12 बज चुके से मिलते हैं नीचे। मम्मी लेके आई है साड़ी चाह, गरम गरम चाह। कंबल बस चक दे हैं, तू करके रख दा, किसी ने पीना होंगे ना। डला डला चाह आ गई विद बर्फी बिस्किट। गला जा खराब हो गया, गला तो थोड़ा फिर खराब ही रहूगा। उनका तो इन वैसे ही खराब है। खादा भी तो बहुत है ना, मीठा मीठा चाह बनी। लगन तो पहला पहला मैं सेट भुल गई, मेरी तो ओके है। इधर नहाते ही नहीं बाऊ जी हले सवेर दे, पता नहीं की करी जा रहे थे मॉर्निंग दे। घरे पहुंच के टेंट वेंट लग्या हुआ है, पूरी प्रिपरेशन है। चलो अंदर चलिए, मम्मी नु दिखाइए इयररिंग्स। घर चली जाती है तैयारियां, तो इतों जमा नहीं कुछ दिख रहा। बैठे हैं मूवी वाले सज धज के, किन्ने चढ़ दे, असी भी सज धज के बैठे हैं, पर कोई असर ही नहीं गा। देखो मेरी हालत। हाँ जी कर दी ऑन, थोनू तो लैपटॉप तो ही वेल नहीं गी। मैं लगता कल विआह वाले दिन निम्मल ने लैपटॉप ही चक के लैके जाना नाल, क्योंकि निम्मल नू बस काम का ही पता भी काम करना है। निम्मल मैं बिल बना लगी हाँ, चलो आप ऑन करिए निम्मल के लैपटॉप में बिल बनाइए। इतने आके भी निम्मल नू सिर्फ काम 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 का पता है। अच्छा देख दी फिर दूजे किथे है, फिर जेडे दूजे लाके आए नहीं, मैं जारा वाले पूछ दी मम्मी, जारा वाले। हाँ काले तो कल वाले पे नहीं मम्मी।
ਪਤਾ ਕਿ ਮੈਂ ਉੱਪਰ ਰਾਤ ਲੈ ਕੇ ਆਈ ਸੀ ਮੈਂ ਆਪਦੇ ਸੈਂਡਲ ਲੈ ਕੇ ਆਈ ਸੀ ਨਿਮਾ ਦੇ ਸ਼ੂਜ਼ ਮੈਂ ਦੇਖਦੀ ਹਾਂ ਇੱਕ ਮਿੰਟ ਨਹੀਂ ਨਹੀਂ ਨੀਚੇ ਹੈ ਹੀ ਨਹੀਂਗੇ ਨਾ ਵੀ ਮੇਰੇ ਨੀਚੇ ਪਏ ਨੇ ਮੈਂ ਹੀ ਬੰਦਲਾ ਫਿਰਦਾ ਲਵੀ ਮੇਰੇ ਜਲੂਸ ਕਢਾ ਦੇ ਨੇ ਤੁਸੀਂ ਸਾਰੇ ਥਾਂ ਤੇ ਪਤਾ ਨਹੀਂ ਸੀਗਾ ਮੇਰੇ ਬਾਗੇ ਨੂੰ ਨਹੀਂ ਕਰਾ ਪਤਾ ਨਹੀਂ ਸੀਗਾ ਤੁਹਾਨੂੰ ਕਦੇ ਪਤਾ ਹੀ ਨਹੀਂ ਹੁੰਦਾ ਤੈਨੂੰ ਪਤਾ ਲੱਗਦਾ ਬਾਲਾ ਸੌਕਸ ਚੇਂਜ ਕਰੂੰਗਾ ਨਾ ਸੌਕਸ ਚੇਂਜ ਕਰੂੰਗਾ ਤੇ ਹੋਰ ਹੁਣ ਕਰੂੰਗਾ ਫਿਰ ਆ ਸੌਕਸ ਚੱਕ ਲਓ ਮੈਂ ਨੀਚੋਂ ਨਾ ਜਦ ਤੁਸੀਂ ਚੱਕ ਕੇ ਪਤਾ ਨਹੀਂ ਕਾਹਦਾ ਕਾਹਦਾ ਜਿਗਾੜ ਲੱਗਦਾ ਹੁੰਦਾ ਜੇ ਨਹਾਉਣਾ ਨਾ ਹੋਵੇ ਤਾਂ ਵਾਈਪਸ ਨਾਲ ਮੂੰਹ ਸਾਫ ਕਰ ਲਓ ਜੇ ਲੀਡ ਨਾ ਹੋਵੇ ਕੱਪੜੇ ਵਾਲੀ ਤਾਂ ਜਰਾਬ ਨਾਲ ਬੂਟ ਸਾਫ ਕਰ ਲਓ ਦੇਖੋ ਮੇਰੇ ਆਪਦੇ ਬੜੇ ਜਿਗਾੜ ਲਾਉਂਦੇ ਆ अच्छी तरह सोप नाल वॉश करके आयो मैनू ऐदा लगदा मैं ऑफिस जाके बैठी हां मैनू फीलिंग नहीं आ रही ब्याह दी ਚੱਕ ਕੇ ਲੈਪਟਾਪ ਜਾ ਆ ਕੇ ਨਾਲ ਤੁਸੀਂ ਛੱਡਿਆ ਨਹੀਂ ਅੰਦਰ ਸੀ ਘਰੇ ਕੰਮ ਹੀ ਪਤਾ ਕਿੰਨਾ ਹੋਇਆ ਵੇ ਆਇਆ ਵੇ ਕੰਮ ਨਾਤੇ ਮਜ਼ਾ ਤੁਸੀਂ ਨਾ ਚਲੋ ਚੀਰ ਵੀ ਨਿਕਲ ਗਿਆ ਵਾਲਾਂ ਦਾ ਲੱਗ ਰਿਹਾ ਵਿਆਹ ਦੇ ਵਿੱਚ ਹੀ ਸਾਂਭਾ ਸੰਭਾਈ ਕਰਨਾ ਵਿਆਹ ਘੱਟ ਸਾਨੂੰ ਥਕਾਨ ਜ਼ਿਆਦਾ ਮਹਿਸੂਸ ਹੋ ਰਹੀ ਹੈ ਮੰਮੀ ਕਿੱਥੇ ਹੈ ਦੂਜੀ ਉਹ ਨੀਚੇ ਕੀ ਕਰੀ ਜਾਂਦੇ ਆ ਉਹ ਦਾਦਕੇ ਆ ਗਏ अच्छा फिर मम्मी वेलकम करी जांदी है नहीं वो तो हो गया बस चाय पानी का होगा अच्छा फिर ये तो ऊपर चल ले तो आ लेके जाओ ठीक है मैं जा रही मैं कहा तू सीधा तो बेटा यही कहंदा सी शीशा बना लो हां जी मैं आ बना कहंदी टाइम सी है ना हां पर अपन कहंदे भी आगे नु आ जाऊगा आगे नु आ जाऊगा हां एलईडी तो ओखा सी ना फिर अपने एलईडी पैनल नहीं सही बनना सीगा पर ये चीज बढ़िया होनी कहंदा बढ़िया होनी ਮਤਲਬ ਪਿੱਛੇ ਜਿੰਨਾ ਮਰਜ਼ੀ ਸਮਾਨ ਰੱਖ ਲਓ ਬਿਲਕੁਲ ਹਲਦਾ ਆ ਦੇਖੋ ਹਾਂ ਅਭੀ ਹਲਦਾ ਹੈ ਹਾਂ ਤਾਂ ਇਸ ਰਿਗਾਰਡਿੰਗ ਸ਼ੀਸ਼ੇ ਨੂੰ ਖਤਰਾ ਹੈ ਬਿਲਕੁਲ ਹਾਂ ਸ਼ੀਸ਼ੇ ਨੂੰ ਸਾਈਡ ਤੇ ਥੋੜਾ ਜਿਹਾ ਕੁੰਡਾ ਲੱਗ ਜਾਂਦਾ ਨਾ ਤਾਂ ਉਹ ਹੋ ਜਾਂਦਾ ਸਪੋਰਟ ਪੈ ਜਾਂਦੀ ਬਿਲਕੁਲ ਵੀਰ ਦਾ ਨਵਾਂ ਨਵਾਂ ਰੂਮ ਤਿਆਰ ਹੋਇਆ ਵਿਆਹ ਵਾਲੇ ਮੁੰਡੇ ਦਾ ਸਾਡੇ ਪੰਜ ਹੋ ਗਏ ਯਾਰ ਮੈਂ ਤਾਂ ਨੀਂਦ ਪੂਰੀ ਕਰ ਲੈਣੀ ਹੈ ਦੂਜੀ ਵਾਰ ਆਪਣਾ ਤੌਲੀਏ ਤੇ ਨਿੰਮਲ ਦੇ ਕੱਪੜੇ ਬਾਹਰ ਪਾਈ ਦੇਣੀ ਹਾਂ ਮੈਂ ਹੀ ਇੱਥੇ ਪਾਏ ਆ ਵੀ ਅੰਦਰ ਆਪਾਂ ਹੀ ਰਹਿਣਾ ਰੂਮ ਦੇ ਵਿੱਚ ਤਾਂ ਪਾਤੇ ਮੰਮੀ ਤਾਂ ਵਾਸੀ ਆਉਣ ਲੱਗੀ ਆ ਮੈਂ ਤਾਂ ਆ ਪਾ ਰਹੀ ਆ ਮੇਰੇ ਨਾਲ ਸਿਰ ਤੱਕ ਖਾਣਾ ਦੀ ਆਖ ਦੇ ਵਿੱਚ ਮਾਰੀ ਸਮਝੇ ਨਾ ਮੂੰਹ ਦੇ ਦਿੱਤਾਰੇ ਸਾਡੇ ਕੁੜੀ ਆ ਮੇਰਾ ਜਾਗੋ ਦਾ ਵੀ ਮਿਸ ਹੋ ਗਿਆ ਠੀਕ ਹੈ ਤੇ ਮੈਂ ਪਾਰਲਰ ਤੇ ਚਲੀ ਗਈ ਭਾਬੀ ਨਾਲ ਮੈਂ ਨਾ ਲੈਸ਼ਸ ਕਰਵਾ ਕੇ ਆ ਗਈ ਤੇ ਥੋੜੇ ਬਹੁਤ ਵਾਲ ਸਟ੍ਰੇਟ ਕਰਵਾ ਲਏ ਤੇ ਲੈਸ਼ਸ ਇੰਨਾ ਪੰਗਾ ਮੈਂ ਕਰਵਾ ਕੇ ਜਿਉਂ ਹੀ ਆਈ ਠੀਕ ਹੈ ਤੇ ਉਦਾਂ ਹੀ ਮੇਰੀਆਂ ਲੈਸ਼ਸ ਲੈ ਗਈਆਂ ਤੇ ਉਸ ਤੋਂ ਬਾਅਦ ਮੈਨੇ ਨਾ ਪਤਾ ਨਹੀਂ ਕੀ ਕੀਤਾ ਮੈਨੇ ਨੇਲ ਵਾਲੀ ਗਲੂ ਨਾਲ ਲੈਸ਼ਸ ਲਾ ਲਈਆਂ ਉਸ ਬੋਲੀਆਂ ਅੱਖਾਂ ਖਰਾਬ ਹੋਈਆਂ ਮੇਰੇ ਨਾ ਪੈਸੇ ਵੀ ਬਰਬਾਦ ਗਏ ਸਾਰੇ ਲਾਏ ਹੋਏ ਚਲੋ ਜਿਵੇਂ ਤਿਵੇਂ ਕਰਕੇ ਲੜ ਲੁੜ ਕੇ ਜਾਗੋ ਦੇਖ ਲਈ ਕਿਉਂਕਿ ਮੰਮੀ ਬਹੁਤ ਬੋਲੀ ਜਾਂਦੇ ਸੀ ਵੀ ਤੂੰ ਆ ਜਾ ਲੇਟ ਹੋ ਗਈ ਫਿਰ ਉਸ ਤੋਂ ਬਾਅਦ ਬਹੁਤ ਇੰਜੋਏ ਕੀਤਾ ਹੁਣ ਆਪਾਂ ਜਾਣਾ ਸਵੇਰੇ ਬਰਾਤ ਦੇ ਵਿੱਚ ਅਤੇ ਸਵੇਰੇ ਆਪਾਂ ਜਾਣਾ 5 ਵਜੇ ਉੱਠਣਾ ਅਤੇ ਹੁਣ ਆਪਾਂ ਲੱਗਿਆ ਸੋਣ ਗੁੱਡ ਨਾਈਟ ਸਾਰਿਆਂ ਨੂੰ ਟੇਕ ਕੇਅਰ